ਆਪਦੀ ਸਾਈਡ ਤੇ ਸੀਗੇ ਦੋ ਜਿਹੜੇ ਸੀਗੇ ਮੋਟਰਸਾਈਕਲ ਤੇ, ਮੁੰਡੇ ਨੇ ਲਿਆ ਕੇ ਪਿੱਛੇ ਮਾਰਿਆ ਮੋਟਰਸਾਈਕਲ ਸੀਗਾ। ਕਾਣੀ ਕੜਾਕਾ ਸਿੰਘ ਕੋਲ ਐਕਸੀਡੈਂਟ ਹੋਇਆ ਹੈਗਾ ਫੱਟ ਕੋਲ। ਅਸੀਂ ਜਦੋਂ ਪਹੁੰਚੇ ਤੇ ਦੋ ਮੋਟਰਸਾਈਕਲਾਂ ਦਾ ਐਕਸੀਡੈਂਟ ਹੋਇਆ, ਜਿਹਦੇ ਤੇ ਇੱਕ ਬੰਦੇ ਦੇ ਲੱਤ ਤੇ ਵਾਹ ਫ੍ਰੈਕਚਰ ਹੈਗਾ। ਆਪਣਾ ਜਗਸੀਰ ਸਿੰਘ। ਕਿਹੜਾ ਪਿੰਡ ਹੈ ਤੁਹਾਡਾ ਜੀ? ਕਾਣੀ ਕੜਾਕਾ ਸਿੰਘ। ਅੱਛਾ, ਇਹ ਕੌਣ ਨੇ ਜੀ ਜਿਨ੍ਹਾਂ ਦੇ? ਇਹ ਮੇਰਾ ਮਾਮਾ ਹੈ ਜੀ। ਕੀ ਨਾਮ ਹੈ ਇਹਨਾਂ ਦਾ? ਮੱਕੜ ਸਿੰਘ। ਕਿੱਥੋਂ ਦਿਵਾਸੀ ਹੈ? ਇਹ ਰਾਜਸਥਾਨ ਤੋਂ ਹੈ, ਖਾਨੂ ਵਾਲੇ ਤੋਂ। ਅੱਛਾ, ਜ਼ਿਲ੍ਹਾ ਕਿਹੜਾ ਹੈ ਇਹਨਾਂ ਦਾ? ਗੰਗਾਨਗਰ। ਕੀ ਗੱਲਬਾਤ ਕੀ ਹੋਈ ਸੀ, ਕਿੱਥੋਂ ਆ ਰਹੇ ਸੀ? ਮੇਰੇ ਚਾਚੇ ਦੇ ਮੁੰਡੇ ਦੀ ਡੈਥ ਹੋਈ ਸੀਗੀ, ਭੋਗ ਸੀਗਾ, ਇਹ ਵਾਪਸ ਘਰੇ ਆ ਰਹੇ ਸੀਗੇ, ਆਪਦੀ ਸਾਈਡ ਤੇ ਸੀਗੇ ਦੋ ਜਿਹੜੇ ਸੀਗੇ ਮੋਟਰਸਾਈਕਲ ਦੇ, ਮੁੰਡੇ ਨੇ ਲਿਆ ਕੇ ਪਿੱਛੇ ਮਾਰਿਆ ਮੋਟਰਸਾਈਕਲ ਸੀਗਾ। ਠੀਕ ਹੈ, ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਨਾਂ ਦੇ? ਕੇਸ ਆਇਆ ਸੀਗਾ, ਕੀ ਮਸਲਾ ਕੀ ਸੀਗਾ? ਸਰ ਮੇਰਾ ਨਾਮ ਵਿਕਰਮ ਹੈਗਾ, ਮੈਂ ਸਿਵਲ ਹਸਪੀਟਲ ਦੇ ਬੋਰਡ ਸਟਾਫ ਹੈਗਾ ਦੇ ਤੌਰ। ਸਰ ਇੱਕ ਪੇਸ਼ੈਂਟ ਆਇਆ ਨਾ ਮੱਖਣਾ, ਗੰਗਾਨਗਰ ਏਰੀਏ ਦੇ ਰਹਿਣ ਵਾਲਾ, ਉਹਦਾ ਐਕਸੀਡੈਂਟ ਹੋਇਆ ਨੀਅਰ ਟਾਣੀ ਕੜਾਕਾ ਸਿੰਘ। ਅਤੇ ਉਹ ਸਰ ਇੰਜਰੀ ਵਗੈਰਾ ਰਾਈਟ ਪੈਰ ਜ਼ਿਆਦਾ ਸੀ, ਅਤੇ ਉਹਨੂੰ ਅਸੀਂ ਫਸਟ ਏਡ ਦੇ ਕੇ ਸਰ ਰੈਫਰ ਕਰ ਦਿੱਤਾ ਫਰੀਦਕੋਟ ਲਈ। ਦੱਸਿਆ ਕਦੇ ਕਾਹਦੇ ਵਿੱਚ ਐਕਸੀਡੈਂਟ ਹੋਇਆ? ਸਰ ਬਾਈਕ ਸੀ, ਦੋ ਆਪਸੇ ਟਕਰਾਈ ਹੈਗੀ। ਠੀਕ ਹੈ, ਤੁਹਾਡਾ ਤਾਂ ਕਿਸ ਤਰ੍ਹਾਂ ਦੀ ਸੂਚਨਾ ਮਿਲੀ ਸੀਗੀ? ਜੀ ਮੈਂ 108 ਐਂਬੂਲੈਂਸ ਸਿਵਲ ਹਸਪਤਾਲ ਬੋਰਡ ਦਾ EMT ਕੁਲਦੀਪ। ਸਾਡੇ ਕੋਲ ਫੋਨ ਆਇਆ ਵੀ ਡਾਣੀ ਕੜਾਕਾ ਸਿੰਘ ਕੋਲ ਐਕਸੀਡੈਂਟ ਹੋਇਆ ਹੈਗਾ ਫੱਟ ਕੋਲ। ਅਸੀਂ ਜਦੋਂ ਪਹੁੰਚੇ ਤੇ ਦੋ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ, ਜਿਹਦੇ ਤੇ ਇੱਕ ਬੰਦੇ ਦੇ ਲੱਤ ਤੇ ਵਾਹ ਫ੍ਰੈਕਚਰ ਹੈਗਾ। ਤੇ ਇਹ ਦੱਸ ਰਹੇ ਹੈਗੇ ਵੀ ਰਾਜਸਥਾਨ ਦੇ ਕੋਈ ਪਿੰਡ ਹੈਗਾ, ਕਾਨੂ ਵਾਲਾ ਕੋਈ ਪਿੰਡ ਹੈਗਾ, ਰਾਵਲਾ ਗੜਸਾਲਾ ਦੇ ਕੋਲ ਹੈਗਾ, ਰਾਵਲਾ ਗੜਸਾਲਾ ਤਹਿਸੀਲ ਦੇ ਗੰਗਾਨਗਰ ਡਿਸਟ੍ਰਿਕਟ 'ਚ। ਉਹਨੂੰ ਅਸੀਂ ਲਿਆ ਕੇ ਸਿਵਲ ਹਸਪਤਾਲ ਬੋਰਡ ਐਡਮਿਟ ਕਰਵਾ ਦਿੱਤਾ ਹੈਗਾ। ਇਨਾਮ ਨੂੰ ਕੀ ਹੈ ਉਹਦਾ? ਮੱਖਣ ਸਿੰਘ ਨਾਮ ਹੈ ਜੀ। ਅੱਛਾ, ਇੱਥੇ ਕਿਸ ਤਰ੍ਹਾਂ ਆਏ ਸੀਗੇ? ਇੱਥੇ ਕਹਿੰਦੇ ਬਹੁਤੇ ਆਏ ਸੀ ਕਿਸੇ ਦੇ। ਅੱਛਾ, ਬੰਦੇ ਨੂੰ ਫਿਰ ਹਸਪੀਟਲ ਭਰਤੀ ਕਰਾਇਆ ਸੀ? ਹਾਂ, ਬੋਰ ਲਿਆ ਕੇ ਸਿਵਲ ਹਸਪਤਾਲ ਭਰਤੀ ਕਰਵਾਤਾ ਜੀ। ਅੱਛਾ, ਫਿਰ ਹਾਲਾਤ ਕਿਸ ਤਰ੍ਹਾਂ ਦੇ ਬੰਦੇ ਦੇ? ਹਾਲਾਤ ਨਾਜੂ ਕੀ ਹੈਗੇ, ਲੱਤ ਤਾਂ ਵਾਹਵਾ ਸੱਟਾਂ ਵੱਜੀ ਹੈਗੀ। ਅੱਛਾ, ਆਪਦੀ ਸਾਈਡ ਤੇ ਸੀਗੇ ਦੋ ਜਿਹੜੇ ਸੀਗੇ ਮੋਟਰਸਾਈਕਲ ਦੇ, ਮੁੰਡੇ ਨੇ ਲਿਆ ਕੇ ਪਿੱਛੇ ਮਾਰਿਆ ਮੋਟਰਸਾਈਕਲ ਸੀਗਾ। ਕਾਣੀ ਕੜਾਕਾ ਸਿੰਘ ਕੋਲ ਐਕਸੀਡੈਂਟ ਹੋਇਆ ਹੈਗਾ ਫੱਟ ਕੋਲ। ਅਸੀਂ ਜਦੋਂ ਪਹੁੰਚੇ ਤੇ ਦੋ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ, ਜਿਹਦੇ ਤੇ ਇੱਕ ਬੰਦੇ ਦੇ ਲੱਤ ਤੇ ਵਾਹ ਫ੍ਰੈਕਚਰ ਹੈਗਾ। ਆਪਣਾ ਜਗਸੀਰ ਸਿੰਘ। ਕਿਹੜਾ ਪਿੰਡ ਹੈ ਤੁਹਾਡਾ ਜੀ? ਕਾਣੀ ਕੜਾਕਾ ਸਿੰਘ। ਇਹ ਕੌਣ ਨੇ ਜੀ ਜਿਨ੍ਹਾਂ ਦੇ? ਇਹ ਮੇਰਾ ਮਾਮਾ ਹੈ ਜੀ। ਕੀ ਨਾਮ ਹੈ ਇਹਨਾਂ ਦਾ? ਮੱਖਣ ਸਿੰਘ। ਕਿੱਥੋਂ ਦਿਵਾਸੀ ਹੈ? ਇਹ ਰਾਜਸਥਾਨ ਤੋਂ ਹੈ, ਖਾਨੂ ਵਾਲੇ ਤੋਂ। ਅੱਛਾ, ਜ਼ਿਲ੍ਹਾ ਕਿਹੜਾ ਹੈ ਇਹਨਾਂ ਦਾ? ਗੰਗਾਨਗਰ। ਕੀ ਗੱਲਬਾਤ ਕੀ ਹੋਈ ਸੀ, ਕਿੱਥੋਂ ਆ ਰਹੇ ਸੀ? ਮੇਰੇ ਚਾਚੇ ਦੇ ਮੁੰਡੇ ਦੀ ਡੈਥ ਹੋਈ ਸੀਗੀ, ਭੋਗ ਸੀਗਾ, ਇਹ ਵਾਪਸ ਘਰੇ ਆ ਰਹੇ ਸੀਗੇ, ਆਪਦੀ ਸਾਈਡ ਤੇ ਸੀਗੇ ਦੋ ਜਿਹੜੇ ਸੀਗੇ ਮੋਟਰਸਾਈਕਲ ਦੇ, ਮੁੰਡੇ ਨੇ ਲਿਆ ਕੇ ਪਿੱਛੇ ਮਾਰਿਆ ਮੋਟਰਸਾਈਕਲ ਸੀਗਾ। ਠੀਕ ਹੈ, ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਨਾਂ ਦੇ? ਕੇਸ ਆਇਆ ਸੀਗਾ, ਕੀ ਮਸਲਾ ਕੀ ਸੀਗਾ? ਸਰ ਮੇਰਾ ਨਾਮ ਵਿਕਰਮ ਹੈਗਾ, ਮੈਂ ਸਿਵਲ ਹਸਪੀਟਲ ਦੇ ਬੋਰਡ ਸਟਾਫ ਹੈਗਾ ਦੇ ਤੌਰ। ਸਰ ਇੱਕ ਪੇਸ਼ੈਂਟ ਆਇਆ ਨਾ ਮੱਖਣਾ, ਗੰਗਾਨਗਰ ਏਰੀਏ ਦੇ ਰਹਿਣ ਵਾਲਾ, ਉਹਦਾ ਐਕਸੀਡੈਂਟ ਹੋਇਆ ਨੀਅਰ ਟਾਣੀ ਕੜਾਕਾ ਸਿੰਘ। ਅਤੇ ਉਹ ਸਰ ਇੰਜਰੀ ਵਗੈਰਾ ਰਾਈਟ ਪੈਰ ਜ਼ਿਆਦਾ ਸੀ, ਅਤੇ ਉਹਨੂੰ ਅਸੀਂ ਫਸਟ ਏਡ ਦੇ ਕੇ ਸਰ ਰੈਫਰ ਕਰ ਦਿੱਤਾ ਫਰੀਦਕੋਟ ਲਈ। ਦੱਸਿਆ ਕਦੇ ਕਾਹਦੇ ਵਿੱਚ ਐਕਸੀਡੈਂਟ ਹੋਇਆ? ਸਰ ਬਾਈਕ ਸੀ, ਦੋ ਆਪਸੇ ਟਕਰਾਈ ਹੈਗੀ। ਠੀਕ ਹੈ, ਤੁਹਾਡਾ ਤਾਂ ਕਿਸ ਤਰ੍ਹਾਂ ਦੀ ਸੂਚਨਾ ਮਿਲੀ ਸੀਗੀ? ਜੀ ਮੈਂ 108 ਐਂਬੂਲੈਂਸ ਸਿਵਲ ਹਸਪਤਾਲ ਬੋਰਡ ਦਾ EMT ਕੁਲਦੀਪ। ਸਾਡੇ ਕੋਲ ਫੋਨ ਆਇਆ ਵੀ ਡਾਣੀ ਕੜਾਕਾ ਸਿੰਘ ਕੋਲ ਐਕਸੀਡੈਂਟ ਹੋਇਆ ਹੈਗਾ ਫੱਟ ਕੋਲ। ਅਸੀਂ ਜਦੋਂ ਪਹੁੰਚੇ ਤੇ ਦੋ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ, ਜਿਹਦੇ ਤੇ ਇੱਕ ਬੰਦੇ ਦੇ ਲੱਤ ਤੇ ਵਾਹ ਫ੍ਰੈਕਚਰ ਹੈਗਾ। ਤੇ ਇਹ ਦੱਸ ਰਹੇ ਹੈਗੇ ਵੀ ਰਾਜਸਥਾਨ ਦੇ ਕੋਈ ਪਿੰਡ ਹੈਗਾ, ਕਾਨੂ ਵਾਲਾ ਕੋਈ ਪਿੰਡ ਹੈਗਾ, ਰਾਵਲਾ ਗੜਸਾਲਾ ਦੇ ਕੋਲ ਹੈਗਾ, ਰਾਵਲਾ ਗੜਸਾਲਾ ਤਹਿਸੀਲ ਦੇ ਗੰਗਾਨਗਰ ਡਿਸਟ੍ਰਿਕਟ 'ਚ। ਉਹਨੂੰ ਅਸੀਂ ਲਿਆ ਕੇ ਸਿਵਲ ਹਸਪਤਾਲ ਬੋਰਡ ਐਡਮਿਟ ਕਰਵਾ ਦਿੱਤਾ ਹੈਗਾ। ਇਨਾਮ ਨੂੰ ਕੀ ਹੈ ਉਹਦਾ? ਮੱਖਣ ਸਿੰਘ ਨਾਮ ਹੈ ਜੀ। ਅੱਛਾ, ਇੱਥੇ ਕਿਸ ਤਰ੍ਹਾਂ ਆਏ ਸੀਗੇ? ਇੱਥੇ ਕਹਿੰਦੇ ਬਹੁਤੇ ਆਏ ਸੀ ਕਿਸੇ ਦੇ। ਅੱਛਾ,
ਬੰਦੇ ਨੂੰ ਫਿਰ ਹੋਸਪਿਟਲ ਭਰਤੀ ਕਰਾਇਆ ਸੀ? ਹਾਂ, ਬੋਰ ਲਿਆ ਕੇ ਸਿਵਲ ਹਸਪਤਾਲ ਭਰਤੀ ਕਰਵਾਤਾ ਜੀ। ਅੱਛਾ, ਫਿਰ ਹਾਲਾਤ ਕਿਸ ਤਰ੍ਹਾਂ ਦੇ ਬੰਦੇ ਦੇ? ਹਾਲਾਤ ਨਾਜੁਕ ਹੀ ਹੈਗੇ, ਲੱਤ ਤਾਂ ਬਾਹਾਂ ਸੱਟਾਂ ਵੱਜੀ ਹੈਗੀ। ਅੱਛਾ,